ਸਰਜਨ ਕਮੇਟੀ ਦੇ ਨਾਲ ਰਾਏ ਗੁਲਾਮ ਮੁਰਤਜ਼ਾ ਖੰਡ ਸਾਹਿਬ ਜੀ ਖੁਸ਼ ਆਮਦੀਦ ਜੀ ਆਰੋ ਜੀ ਮੈਦਾਨ ਦੇ ਅੰਦਰ ਜੀ
राणा सदीक अहमद साहब चेयरमैन बी एम आर अर्बटेक इंटरनेशनल साढ़े चेचे परौने स्टेज जीनत बन गया हो जानी सुनियारा मोहम्मद खान वैस आस रहे बहुत सोने गबरू बहुत सोने शरीर बहुत सोने पिंडे का गबरू नौजवान दे आदल गिल अवैस होने बहुत तगड़ी टीम अगले वाले दी बहुत तगड़े भाई बहुत तगड़े बापी बहुत सुनाने वाला होने दी
پاکستان تحریک انصاف ضلع شیخپورہ ایک ہزار پہ ادھر بھی پھاڑ بجے پھاڑ چھپی کر بڑی سونے کوٹیاں پا رہی نے
Sitara
ਇਸ ਧਰਤੀ ਦਾ ਜਨਪਰ ਗੁਰੂ ਰੋਜ਼ਵਾਨ ਜੀ ਚੰਗਾ ਹੈ ਕਬੱਡੀ ਦਾ ਮੁਕਾਬਲਾ
और ये तीन मुकाबला अजने वाला बाम मुकाबला कसौटी कल ठट्टा मान वाली ग्राउंड के विच ठट्टा मान बाम मुकाबला फैसल आबाद इंशाल्लाह ताला दी बरकत नाल ठीक 2 बजे कबड्डी का मुकाबला शुरू होएगा। आज का मुकाबला इस वेले अजने वाला ते कसौटी के विचकार 17 तारीख को टीम खेलेंगे इंशाल्लाह चौधरी नवीद अहमद गुज्जर साहब ने चौधरी इजाज सुरेंद्र गुज्जर साहब जी राणा सदीक साहब साडे कोल इस वेले तशरीफ रखदे ने आनंद मानदे होए मजे लैंदे होए कबड्डी दे ਇਹਨਾਂ ਗੱਭਰੂਆਂ ਦੀ ਆਪਣੇ ਵੇਲੇ ਵਿੱਚ ਰਾਣਾ ਸਾਹਿਬ ਨੂੰ ਕਬੱਡੀ ਖੇਡਦੇ ਰਹੇ ਨੇ। ਸਾਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਸਕੂਲ ਦਾ ਵੇਲਾ ਸੀ ਤੇ ਕਬੱਡੀ ਖੇਡਣ 10ਵੀਂ ਜਮਾਤ ਜਾਂਦੇ ਸੀ, ਅੱਜ ਵੇਖ ਰਹੇ ਨੇ ਉਸ ਵੇਲੇ ਨੂੰ ਯਾਦ ਕਰ ਰਹੇ ਨੇ ਜੀ। ਹਾਂਜੀ ਸ਼ਫੀਕ ਅਵਾਰਡ ਗਰੁੱਪ ਕਾਬੂ ਕੀਤਾ ਗੱਭਰੂ ਨੇ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗਾ। ਸ਼ਿਮਟਨ ਲਗਾਇਆ ਇਸ ਵੇਲੇ ਦੇਖਾਂਗੇ ਮੁਹੰਮਦ ਸ਼ਫੀਕ ਅਵਾਰਡ ਤੇ ਅਲੀ ਅਲੀ ਮੁਹੰਮਦ ਸ਼ਫੀਕ ਅਵਾਰਡ ਅਲੀ ਮੁਹੰਮਦ ਸ਼ਫੀਕ ਅਵਾਰਡ ਪਿੰਡ ਕੋਟ ਮੈਨੂੰ ਬੜੀ ਚੰਗੀ ਤਰ੍ਹਾਂ ਗੱਲ ਯਾਦ ਹੈ ਕਿ ਪਿਛਲੇ ਸਾਲ ਸਾਡੇ ਮਹਿਮਾਨ ਗੌਰਸਮ ਸਾਡੇ ਚੀਫ ਗੈਸਟ ਜਨਾਬ ਰਾਣਾ ਸਦੀਕ ਸਾਹਿਬ ਨੇ 1 ਲੱਖ ਰੁਪਇਆ ਕਮੇਟੀ ਦੇ ਨਾਲ ਤਾਮਨ ਕੀਤਾ ਸੀ। ਅਸੀਂ ਸ਼ੁਕਰੀਆ ਅਦਾ ਕਰਨੇ ਆ ਕਿਹੜਾ ਕਬੱਡੀ ਨਾਲ ਪਿਆਰ ਕੀਤਾ ਤੇ ਸਿੰਧ ਦੀ ਧਰਤੀ ਨਾਲ ਪਿਆਰ ਕੀਤਾ ਤੇ ਭਰਪੂਰ ਤਾਮਨ ਕੀਤਾ ਜੀ। ਅੱਜ ਫਿਰ ਸਾਡੇ ਕੋਲ ਸਟੇਜ ਸੀ ਚਾਰੇ ਖਾਨ ਮਹਿਰ ਤੇ ਜਾਨੀ ਸਟਾਰਟ ਹੋਇਆ ਦੋਰੀ ਕਰੂ ਲੈ ਕੇ ਜਾਣੀ ਜੁਮੇ ਦੀ ਇੱਕ ਛੁੱਟੀ ਹੋਣੀ ਮੁਰੱਬੇ ਚੱਲਦਾ ਵੇਲਣਾ ਸੀ ਠੰਡੀ ਠੰਡੀ ਰੋਟੀ ਪੀਣੀ ਤੱਤਾ ਤੱਤਾ ਗੁੜ ਖਾਣਾ ਨੰਗੇ ਪੈਰੇ ਚੂਹੇ ਉੱਤੇ ਖੇਲਣਾ ਜੀ ਪੈਰ ਦੀ ਉਂਗਲੀ ਫੜ ਕੇ ਜਿਹੜੇ ਮੇਲੇ ਵੇਖ ਲਏ ਟੱਬਰ ਦਾ ਇਤਫਾਕ ਨਹੀਂ ਮੁੜਨਾ ਜੋ ਕੱਟਿਆ ਚੂਹੇ ਸੇਕ ਲਏ ਸ਼ਾਹ ਵਸੇਲਿਆਂ ਬੜਾ ਹੀ ਕਰਮ ਰੱਬ ਦਾ ਏ ਪਰ ਅਸਲੀ ਪਿਆਰ ਮੁਹੱਬਤ ਹਾਜ਼ਰੀ ਪਿੰਡਾਂ ਦੇ ਵਿੱਚ ਲੱਭਦਾ ਏ ਅਸਲੀ ਪਿਆਰ ਮੁਹੱਬਤ ਹਾਜ਼ਰੀ ਪਿੰਡਾਂ ਵਿੱਚ ਲੱਭਦਾ ਏ। ਲਓ ਜੀ ਕਬੱਡਰ ਦਾ ਨਾਂ ਹੈ ਖਾਨ ਵਲੈਦ ਤਾੜੀਆਂ ਮਾਰਨ ਦਾ ਸ਼ੁਕਰੀਆ ਜੀ। ਕਹਿੰਦੇ ਨੇ ਕਿ ਜੀ ਯੇ ਦੌਲਤ ਵੀ ਲੈ ਲੋ ਯੇ ਸ਼ੋਹਰਤ ਵੀ ਲੈ ਲੋ ਮਿਟਾ ਦੋ ਮੁਝੇ ਵੋ ਬਚਪਨ ਕਾ ਸਾਵਲ ਵੋ ਕਾਗਜ਼ ਕੀ ਕਸ਼ਤੀ ਵੋ ਬਾਰਿਸ਼ ਕਾ ਪਾਣੀ ਦੌਲਤ ਗਈ ਤੇ ਕੁਝ ਨਹੀਂ ਹੋਇਆ ਦਿਲ ਸਮਝਾ ਲੋਗੇ ਸੇਤ ਗਈ ਤੇ ਦੱਸੋ ਕਿ ਤੂੰ ਲੋਟ ਕਮਾ ਲੋਗੇ ਡੰਡ ਬੈਠਾ ਕੱਢ ਤੇਰੀ ਕੀ ਮਜਬੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਏ ਜਾਨੀ ਸੁਨਿਆਰਾ ਤੇ ਖਾਲਾ ਮੈਂ ਬਿਜਲੀ ਵੀ ਤਾਰ ਲੱਗੀ ਇਸ ਤੋਂ ਬਾਅਦ ਉੱਤੇ ਕੌਂਡੀ ਬਿਜਲੀ ਦੀ ਸਾਲਦਾਰ ਜਾਨੀ ਸੁਨਿਆਰਾ ਜਾਨੀ ਸੁਨਿਆਰਾ ਨੰਦਰੀਆ ਤਾਰਾ ਪਾਕਿਸਤਾਨ ਵਾਦਾ ਬਾਕਾ ਪਿੰਡ ਦੇ ਦੂਰ ਨੌਜਵਾਨ ਦਾ ਫੈਸਲਾ ਬਾਅਦ ਦੀ ਧਰਤੀ ਜਾਨੀ ਸੁਨਿਆਰਾ ਤੇ ਖਾਲਾ ਮੈਂ ਕੋਈ ਵਰਲਡ ਕੱਪ ਦੇ ਨਾਮੀ ਗ੍ਰਾਮੀ ਤਾਰਾ ਵਾਦਾ ਖਾਲੀ ਹਜ਼ਾਰ ਰੁਪਇਆ ਰਾਜ ਵੀ ਸਭ ਖਾਲਾ ਮੈਂ ਸ਼ੇਖ ਸੱਬਰ ਸਾਹਿਬ ਨੂੰ 500 ਰੁਪਇਆ ਮਾਲ ਸਿਮਲਾਨ ਸਾਹਿਬ ਹਾਜੀ ਸ਼ਬੀਰ ਅਹਿਮਦ ਮਾਲਦਰ ਸਾਹਿਬ ਹਾਜੀ ਰਿਆਜ਼ ਅਹਿਮਦ ਬੇਗ ਸਾਹਿਬ ਮੌਲਵੀ ਸ਼ਬਾਕਤ ਅਲੀ ਬੇਗ ਸਾਹਿਬ ਰਾਜ
ਬੈਟਰੀ ਲੋ ਹੋਣੀ ਕਿਹੜੀ ਮੋਟਰ ਆ ਫੋਕਸ ਵਾਲੀ ਪਾਕਿਸਤਾਨ ਤਹਿਰੀਕੇ ਇਨਸਾਫ ਜ਼ਿਲ੍ਹਾ ਸ਼ੇਖਪੁਰਾ ਇਸੀ ਧਰਤੀ ਦੇ ਹਰ ਕਬੱਡੀ ਦੇ ਤਲਵਾਰ ਪੂਜਾ ਦੇ ਰਹੇ ਇੱਧਰ ਆਣਾ ਇੱਧਰ ਵੀ ਆਪਣੇ ਬਰਾਦਰ ਨੇ ਨਹੀਂ ਛੱਡਣੀ ਇਹ ਸਾਹਮ ਦੇ ਰੱਖਣੇ ਨੇ Hey!
Thank you.
ਬੜੀ ਮਿਹਰਬਾਨੀ ਜੀ ਅੱਜ ਦੇ ਮੈਚ ਦੀ ਬਹੁਤ ਥੋੜੇ ਰਾਹ ਦੇ ਫਾਸਟ ਅੰਜਾਮ ਦਿੱਤੇ ਜਨਾਬ ਗਹੀਰ ਰਾਮ ਚੱਕਰ ਸਾਹਿਬ ਰੱਖੀ ਉਹਨੇ ਕਿਹਾ ਜਵਾਬ ਇਸਮਾਇਲ ਨੇ ਜ਼ਿਲ੍ਹਾ ਸਿਆਲਕੋਟ ਅੱਜ ਦਾ ਸਭ ਤੋਂ ਵਧੀਆ ਸਾਈ ਸਾਰੇ ਅੱਲਾ ਨੂੰ ਜੰਨਤ ਜਗ੍ਹਾ ਦੇਵੇ। ਪਿਛਲੇ ਸਾਲ ਇਹਦਾ ਵਾਲਦ ਇਸ ਧਰਤੀ ਤੇ ਟੀਮ ਲੈ ਕੇ ਆਇਆ ਸੀ, ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, ਲੇਕਿਨ ਉਹਦੀਆਂ ਯਾਦਾਂ ਦੇ ਪੁੱਤਰ ਦੀ ਨਜ਼ਰ ਦੇ ਵਿੱਚ ਆਉਂਦੀਆਂ ਹੋਈਆਂ। ਇੱਕ ਵਾਰੀ ਉਹਦੇ ਵਾਸਤੇ ਫੇਰ ਦੁਆ ਕਰ ਦਿਓ ਕਿ ਅੱਲਾ ਤਾਲਾ ਸੈਯਦ ਮਨਜ਼ੂਰ ਹੁਸੈਨ ਸ਼ਾਹ ਨੂੰ ਜੰਨਤ ਜਗ੍ਹਾ ਦੇਵੇ ਜੀ। ਲਓ ਜੀ ਇੱਕ ਟਰਾਫੀ ਰਹਿ ਗਈ, ਸ਼ਫੀਕ ਅਹਿਮਦ ਮਾਂਗੜ ਸਾਹਿਬ ਸਾਊਦੀ ਅਰਬ ਤੋਂ ਸਿੱਧੀ ਫਲੈਟ ਗਰਾਊਂਡ ਚ ਉਤਰੀ, ਬੜੀ ਮਿਹਰਬਾਨੀ। ਰਾਣਾ